ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਰੁਜ਼ਗਾਰ ਜਾਂ ਕੋਈ ਕਾਰੋਬਾਰ ਸਥਾਪਿਤ ਕਰਨ ਲਈ ਆਪਾਂ ਪੰਜਾਬ ਸਰਕਾਰ ਤੋਂ ਲੋਨ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਦੋਸਤੋ, ਜਿਹੜੀ ਇਹ ਸਕੀਮ ਆਈ ਹੈ, ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਇਹ ਸਕੀਮ ਲਾਂਚ ਕੀਤੀ ਗਈ ਹੈ ਅਤੇ ਇਹਨਾਂ ਨੇ ਇੱਕ ਸਪੈਸ਼ਲ ਲਿੰਕ ਔਨਲਾਈਨ ਜਾਰੀ ਕੀਤਾ ਜਿਸ 'ਤੇ ਤੁਸੀਂ ਇਹ ਫੋਰਮ ਅਪਲੋਡ ਕਰ ਸਕਦੇ ਹੋ ਆਪਣੀ ਅਤੇ ਜਾਣਕਾਰੀ ਲੋਨ ਦੀ ਦੇ ਸਕਦੇ ਹੋ ਕਿ ਕਿੰਨੀ ਰਕਮ ਤੁਹਾਨੂੰ ਚਾਹੀਦੀ ਹੈ। ਦੋਸਤੋ, ਇੱਕ ਰਿਕੁਐਸਟ ਹੈ, ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਅਤੇ ਦੋਸਤੋ, ਹੁਣ ਤੁਸੀਂ ਕਰਨਾ ਕੀ ਹੈ, ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਣਾ ਹੈ ਅਤੇ ਉੱਥੇ ਤੁਹਾਨੂੰ ਇੱਕ ਲਿੰਕ ਸ਼ੋਅ ਕਰ ਰਿਹਾ ਹੋਵੇਗਾ ਜਿਸ 'ਤੇ ਤੁਸੀਂ ਕਲਿੱਕ ਕਰਕੇ ਸਿੱਧਾ ਇਸ ਪੇਜ ਉੱਪਰ ਪਹੁੰਚ ਜਾਓਗੇ। ਓਕੇ ਦੋਸਤੋ, ਇੱਥੇ ਆਪਾਂ ਚੈੱਕ ਕਰ ਸਕਦੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਦਾ ਇਹ ਲਿੰਕ ਜਾਰੀ ਕੀਤਾ ਹੋਇਆ ਗਿਆ ਹੈ ਅਤੇ ਇੱਥੇ ਸਭ ਤੋਂ ਪਹਿਲਾਂ ਆਪਣਾ ਈਮੇਲ ਐਡਰੈਸ ਭਰ ਲਾਂਗੇ। ਦੋਸਤੋ, ਈਮੇਲ ਐਡਰੈਸ ਭਰ ਲਾਂਗੇ, ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਪੂਰਾ ਨਾਮ ਆਪਾਂ ਭਰ ਲਾਂਗੇ ਅਤੇ ਪਿਤਾ ਦਾ ਨਾਮ, ਉਸ ਤੋਂ ਬਾਅਦ ਆਪਣਾ ਐਡਰੈਸ ਜੋ ਵੀ ਆਪਣਾ ਪਤਾ ਹੈ ਘਰ ਦਾ, ਉਸ ਤੋਂ ਬਾਅਦ ਆਪਾਂ ਮੋਬਾਈਲ ਨੰਬਰ ਭਰਾਂਗੇ ਅਤੇ ਇਸ ਤੋਂ ਬਾਅਦ ਲਿੰਗ ਮੇਲ ਹੋ ਤੁਸੀਂ ਜਾਂ ਫੀਮੇਲ ਹੋ, ਔਰਤ ਹੋ ਜਾਂ ਮਰਦ, ਉਸਦਾ ਆਪਾਂ ਟਿਕ ਮਾਰ ਦੀ ਨਿਸ਼ਾਨੀ ਲਾ ਦਾਂਗੇ। ਇਸ ਤੋਂ ਬਾਅਦ ਆਪਣੀ ਕਾਸਟ ਕੀ ਹੈ, ਮਤਲਬ ਕਿ ਕੈਟੇਗਰੀ ਕਿਹੜੀ ਹੈ, ਜਰਨਲ, ਐਸਸੀ, ਐਸਟੀ, ਓਬੀਸੀ, ਦਿਵਿਅੰਗ, ਜਿਹੜੀ ਵੀ ਤੁਹਾਡੀ ਕੈਟੇਗਰੀ ਆਉਂਦੀ ਉਸ 'ਤੇ ਆਪਾਂ ਕਲਿੱਕ ਕਰ ਲਾਂਗੇ ਅਤੇ ਇਸ ਤੋਂ ਬਾਅਦ ਕਰਜ਼ੇ ਦਾ ਉਦੇਸ਼ ਦੀ ਗੱਲ ਕਰੀਏ ਤਾਂ ਦੋਸਤੋ, ਜਦੋਂ ਆਪਾਂ ਇਸ ਚੂਜ਼ 'ਤੇ ਕਲਿੱਕ ਕਰਾਂਗੇ ਤਾਂ ਜਿਹੜੇ ਕੰਮ ਵਾਸਤੇ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਉਸ 'ਤੇ ਆਪਾਂ ਕਲਿੱਕ ਕਰ ਲਾਂਗੇ। ਇਗਜ਼ਾਮਪਲ ਦੇ ਤੌਰ 'ਤੇ ਜੇ ਡੈਰੀ ਦਾ ਕੰਮ ਖੋਲ੍ਹਣਾ ਚਾਹੁੰਦੇ ਹੋ, ਹਾਰਡਵੇਅਰ ਦਾ ਕੰਮ ਖੋਲ੍ਹਣਾ ਚਾਹੁੰਦੇ ਹੋ, ਬਿਊਟੀ ਪਾਰਲਰ, ਕਰਿਆਨਾ, ਜੋ ਵੀ ਤੁਸੀਂ ਕੰਮ ਖੋਲ੍ਹਣਾ ਚਾਹੁੰਦੇ ਹੋ ਇੱਥੇ ਲੋਨ ਅਪਲਾਈ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਜਿੰਨੀ ਰਕਮ ਤੁਹਾਨੂੰ ਚਾਹੀਦੀ ਹੈ ਇੱਥੇ ਆਪਾਂ ਲਿਖ ਦਾਂਗੇ, 20-50 ਹਜ਼ਾਰ, ਜਿੰਨੀ ਮਰਜ਼ੀ ਲੱਖ, 1.5 ਲੱਖ, ਆਪਣੀ ਇਲੀਜੀਬਿਲਟੀ ਦੇ ਅਕੋਰਡਿੰਗ ਆਪਾਂ ਇਹ ਲੋਨ ਦੀ ਰਕਮ ਭਰ ਦਾਂਗੇ। ਕਰੀਏ ਤਾਂ ਦੋਸਤੋ, ਇਸ ਤੋਂ ਬਾਅਦ ਜਿਹੜੇ ਇਹ ਲਿੰਕ ਸ਼ੋਅ ਹੋ ਰਿਹਾ ਤੁਹਾਨੂੰ, ਇਹਨਾਂ ਨੇ ਪੁੱਛਿਆ ਹੈ ਕਿ ਤੁਸੀਂ ਕਿਹੜੀ ਸਕੀਮਾਂ ਦੇ ਅਧੀਨ ਇਹ ਲੋਨ ਲੈਣਾ ਚਾਹੁੰਦੇ ਹੋ। ਤੁਸੀਂ ਇੱਕ ਵਾਰੀ ਇਹ ਰੀਡ ਕਰ ਲਿਓ, ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗਾ ਤਾਂ ਟਾਈਮ ਜ਼ਿਆਦਾ ਲੱਗ ਜਾਏਗਾ, ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ। ਤੁਸੀਂ ਇਹਨਾਂ 'ਤੇ ਕਲਿੱਕ ਕਰਕੇ ਜਿਹੜੇ ਦੀ ਤੁਹਾਨੂੰ ਬੈਨੀਫਿਸ਼ੀਅਲ ਲੱਗਦੀ ਹੈ, ਜਿਹੜੀ ਫਾਇਦੇਮੰਦ ਸਕੀਮ ਲੱਗਦੀ ਹੈ, ਉਹ ਤੁਸੀਂ ਅਪਲਾਈ 'ਤੇ ਟਿੱਕ ਕਰ ਲਿਓ ਰੀਡ ਕਰਕੇ ਇੱਕ ਵਾਰੀ, ਅਤੇ ਜਿਹੜੀ ਤੁਹਾਨੂੰ ਪਸੰਦ ਆ ਗਈ ਉਹਨਾਂ ਉਸ ਸਕੀਮ 'ਤੇ ਆਪਾਂ ਇੱਥੇ ਟਿੱਕ ਮਾਰ ਲਗਾ ਕੇ ਨੀਚੇ ਚੱਲਾਂਗੇ ਅੱਗੇ। ਅਤੇ ਇਸ ਤੋਂ ਬਾਅਦ ਆਪਾਂ ਏਰੀਏ ਦਾ ਨਾਮ ਲਿਖ ਦਾਂਗੇ ਜਿਹੜੇ ਏਰੀਏ ਵਿੱਚ ਆਪਾਂ ਕੰਮ ਸਟਾਰਟ ਕਰਨਾ ਚਾਹੁੰਦੇ ਹਾਂ, ਅਤੇ ਇੱਥੇ ਆਪਾਂ ਜਿਹੜੀ ਆਪਣੀ ਪਰਿਵਾਰਕ ਦੀ ਸਾਲਾਨਾ ਆਮਦਨ ਹੈ ਜਿੰਨੀ ਹੈ ਉਸ 'ਤੇ ਆਪਾਂ ਟਿੱਕ ਕਰ ਲਾਂਗੇ। ਅਤੇ ਇਸ ਤੋਂ ਬਾਅਦ ਦਸਤਾਵੇਜ਼, ਜਿਹੜੇ ਇੰਪੋਰਟੈਂਟ ਡਾਕੂਮੈਂਟ ਦੀ ਗੱਲ ਕਰੀਏ ਤਾਂ ਦੋਸਤੋ, ਆਧਾਰ ਕਾਰਡ, ਇਹਨਾਂ ਵਿੱਚੋਂ ਜਿਹੜਾ ਵੀ ਤੁਹਾਡੇ ਕੋਲ ਡਾਕੂਮੈਂਟ, ਜਿਹੜੇ ਜਿਹੜੇ ਡਾਕੂਮੈਂਟ ਹੈ ਨਹੀਂ ਤੁਹਾਡੇ ਕੋਲ, ਉਹਨਾਂ 'ਤੇ ਆਪਾਂ ਟਿੱਕ ਮਾਰ ਲਾਉਂਦੇ ਰਹਾਂਗੇ। ਠੀਕ ਹੈ ਦੋਸਤੋ, ਜਿਹੜੇ ਨਹੀਂ ਹੈ ਉਹਨਾਂ 'ਤੇ ਆਪਾਂ ਨਹੀਂ ਲਾਵਾਂਗੇ। ਅਤੇ ਇਸ ਤੋਂ ਬਾਅਦ ਜੇ ਤੁਸੀਂ ਇਸ ਰਕਮ ਨਾਲ ਕੋਈ ਹੋਰ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਸ ਕੰਮ ਦਾ ਆਪਾਂ ਇੱਥੇ ਨਾਮ ਲਿਖ ਕੇ ਸਬਮਿਟ ਕਰ ਦਾਂਗੇ। ਸਬਮਿਟ ਕਰਨ ਤੋਂ ਬਾਅਦ ਦੋਸਤੋ, ਜਿਵੇਂ ਹੀ ਤੁਹਾਡਾ ਫੋਰਮ ਅੱਗੇ ਅਪਲੋਡ ਹੁੰਦਾ ਇਹਨਾਂ ਦੀ ਵੈਬਸਾਈਟ ਉੱਤੇ, ਤਾਂ ਉਹ ਕਾਲ ਕਰਦੇ ਨੇ ਤੁਹਾਨੂੰ ਅਤੇ ਇੱਕ ਲਿੰਕ ਭੇਜਦੇ ਨੇ ਕਿ ਇਹ ਸਕੀਮ ਕਰਕੇ ਤੁਹਾਨੂੰ ਇੰਨਾ ਜੋ ਲੋਨ ਉਹ ਮਿਲ ਸਕਦਾ ਹੈ, ਅਤੇ ਇੱਕ ਐਡਰੈਸ ਦਿੰਦੇ ਨੇ ਜਿਸ 'ਤੇ ਜਾ ਕੇ ਤੁਸੀਂ ਇੱਕ ਹੋਰ ਫਾਰਮ ਭਰਨਾ ਹੈ ਉੱਥੇ, ਅਤੇ ਤੁਹਾਡਾ ਲੋਨ ਅਪਰੂਵਲ ਹੱਥੋਂ ਹੱਥ ਤੁਹਾਨੂੰ ਲੋਨ ਦੇ ਪੈਸੇ ਮਿਲ ਜਾਣਗੇ। ਓਕੇ ਦੋਸਤੋ, ਫਿਰ ਵੀ ਜੇ ਕੋਈ ਡਾਊਟ ਆ ਮਨ ਵਿੱਚ ਜਾਂ ਕੋਈ ਸਵਾਲ ਹੈ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗਾ।